ਦਸਵੇਂ ਪਾਤਸ਼ਾਹ ਨੇ ਤਨ ਕਰਕੇ ਆਉਣਾ, ਉਹਨਾਂ ਨੇ ਮਨ ਕਰਕੇ ਆਉਣਾ। ਉਹ ਕਹਿੰਦੇ ਉਹ ਕਿਵੇਂ? ਕਹਿੰਦੇ ਨਗਰ ਕੀਰਤਨ ਹੋਣਾ ਬਹਿੰਦੇ ਆਣੇ ਤੋਂ। ਕਹਿੰਦੇ ਜਿਹੜੇ ਪੰਜ ਪਿਆਰੇ ਹੋਣਗੇ ਦਸਵੇਂ ਪਾਤਸ਼ਾਹ ਸਰੀਰ ਕਰਕੇ ਹਾਜ਼ਰ ਹੋ, ਤਨ ਕਰਕੇ, ਤੇ ਗੁਰੂ ਗ੍ਰੰਥ ਸਾਹਿਬ ਹੋਊਗਾ ਆਤਮਾ ਕਰਕੇ। ਹੁਣ ਦੋਨੇ ਚੀਜ਼ਾਂ ਆਪਾਂ ਨੂੰ ਮਿਲੀਆਂ ਹੋਈਆਂ। ਸਤ ਸੰਗਤ ਸਿੰਘ ਸਾਹਿਬਾਨ ਜਥੇਦਾਰ ਬਾਬਾ ਬਲਬੀਰ ਸਿੰਘ ਜੀ, ਜਿਨ੍ਹਾਂ ਦੀ ਸੰਗਤ ਨੂੰ ਦੇਖ ਕੇ, ਜਿਨ੍ਹਾਂ ਦੇ ਸਿੰਘਾਂ ਨੂੰ ਦੇਖ ਕੇ ਇਉਂ ਲੱਗਦਾ ਵੀ ਦਸਵੇਂ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ 'ਚ ਚੜ੍ਹਦੇ ਹੋਣੇ ਆ, ਇਹੋ ਜਿਹਾ ਸਾਧ ਸੰਗਤ ਕਿਹੋ ਜਿਹਾ ਸਾਧ ਸੰਗਤ ਰੰਗ ਰੂਪ ਹੋਣਾ। ਗੱਜ ਕੇ ਧਾਰਨਾ ਪੜੋ, ਆਉਣ ਵਾਲਾ ਸਮਾਂ ਫਿਰ ਸਰਪਣ ਕਰਨਾ, ਗੱਜ ਵੱਜ ਕੇ ਬੋਲਣਾ। ਮੇਰੇ ਪਿਆਰੇ ਤੇਰਾ ਗਾਵਾਂ, ਤੂੰ ਭਾਰੋ ਸਵਾਮੀ ਮੇਰਾ।
ਮਾਨ ਵਿੱਚ, ਤਾਨ ਵਿੱਚ, ਗਿਆਨ ਵਿੱਚ, ਧਿਆਨ ਵਿੱਚ, ਦੀਨ ਅਤੇ ਦਾਨ ਵਿੱਚ, ਧਾਰਨਾ ਕਰਨ ਵਿੱਚ, ਜੋਲਮ ਮਟਾਉਣ ਵਿੱਚ, ਦੁੱਖੜੇ ਅਥਾਉਣ ਵਿੱਚ, ਸੁੱਖ ਨਾ ਨਿਭਾਉਣ ਵਿੱਚ, ਬਲੀਆਂ ਵਿੱਚੋਂ ਬਲੀ ਪੂਰਾ, ਯੋਧਿਆਂ ਵਿੱਚੋਂ ਯੋਧਾ ਸੂਰਾ, ਬਲੀਆਂ ਵਿੱਚੋਂ ਬਲੀ ਪੂਰਾ, ਯੋਧਿਆਂ ਵਿੱਚੋਂ ਯੋਧਾ ਸੂਰਾ, ਕਵੀਆਂ ਵਿੱਚੋਂ ਕਵੀ ਅਤੇ ਗੁਰੂ ਹੈ ਗਿਆ, ਬਾਲ 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 ਜਾਵਾਂ ਤੇਰੀ ਕਲਗੀ ਤੋਂ ਲੱਖ ਵਾਰੀ, ਕਿਸ ਤੋਂ ਬਣਾਈ ਆ ਅਕਾਲ ਦੇ ਆ ਬੇਦਿਆ, ਸੱਜ ਦੀ ਅਨੂਪ ਤੇ ਸਰੂਪ ਸੋਹਣੇ ਮੁੱਖ ਦੇ ਤੇ ਰਹਿੰਦਾ ਤੇਰੇ ਪ੍ਰੇਮ ਵਿੱਚ ਹੀਰੇ ਜੁਲ ਪੇ ਖਾਲਸਾ ਮੇਰੋ ਜੀ ਰੂਪ ਦਾ ਵਾਹਿਗੁਰੂ ਜੀ ਕਾ ਖਾਲਸਾ।